ਆਪ ਜੀ ਦੇ ਸਨਮੁੱਖ ਇੱਕ ਦੋ ਬੇਨਤੀਆਂ ਕਰਨ ਵਾਸਤੇ ਅਸੀਂ ਅੱਜ ਅੰਮ੍ਰਿਤ ਸੰਚਾਰ ਜਥਾ UK ਦਾ ਯੂਰਪ ਹਾਜ਼ਰ ਹੋਇਆ ਹੈ, ਜੋ ਪਿਛਲੇ ਸਮੇਂ ਦੇ ਵਿੱਚ ਅਕਾਲ ਤਖ਼ਤ ਦੇ ਨਿਸ਼ਾਨ ਸਾਹਿਬ ਦੀ ਤਬਦੀਲੀ ਕਰਕੇ ਜਾਂ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਉੱਪਰ ਨਿਸ਼ਾਨ ਸਾਹਿਬ ਦੀ ਤਬਦੀਲੀ ਕਰਕੇ ਸਿੱਖਾਂ ਦੇ ਹਿਰਦੇ ਜਿਸ ਤਰ੍ਹਾਂ ਗੁੰਦ ਲਗਾਈ ਆ, ਸਿੱਖਾਂ ਦੇ ਮਨ ਨੂੰ ਬਹੁਤ ਠੇਸ ਪਹੁੰਚਿਆ ਹੈ। ਇਸ ਕਰਕੇ ਅਸੀਂ ਫਿਰ ਦੁਬਾਰਾ ਅੱਜ, ਕਿਉਂ ਪਿਛਲੇ ਹਫ਼ਤੇ ਅਸੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀ, ਉਸ ਤੋਂ ਪਰਿੰਤਾ ਪਹਿਲਾਂ ਵੀ ਅਸੀਂ ਆਪਣੇ ਇੱਕ ਦੋ ਮੈਸੇਜ ਛੱਡ ਹਟੇ ਹਾਂ, ਪਰ ਇਹ ਜੋ ਗੱਲ ਹੈ ਬਹੁਤ ਮਾੜੀ ਆ। ਇਸ ਦੇ ਸੰਬੰਧ ਵਿੱਚ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜਿਹਨਾਂ ਜਿਹਨਾਂ ਗੁਰਮੁੱਖ ਪਿਆਰਿਆਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ। ਸਿੱਖ ਫੈਡਰੇਸ਼ਨ UK ਉਹਨਾਂ ਨੇ ਬੜੀ ਵਿਸ਼ਾਲ ਦਲੀਲਾਂ ਬਿਆਨ ਦੇ ਕੇ ਇਸ ਦਾ ਵਿਰੋਧ ਕੀਤਾ। ਇੱਥੋਂ ਦੇ PBC ਚੈਨਲ, ਜਗਜੀਤ ਸਿੰਘ ਜੀਤਾ, ਭਾਈ ਰਘਵੀਰ ਸਿੰਘ, ਵਾਜੇਕੌਮ TV, ਜਿਵੇਂ ਕਿ ਜਸਵੰਤ ਸਿੰਘ ਠੇਕੇਦਾਰ ਤਾਂ ਪਰਮਿੰਦਰ ਸਿੰਘ ਬਲ MA TV, ਉਹਨਾਂ ਨੇ ਇਸ ਦਾ ਵਿਰੋਧ ਕਰਕੇ ਬਹੁਤ ਸੰਗਤਾਂ ਵਿੱਚ ਜਾਣੂ ਕਰਵਾਇਆ ਹੈ। ਹੋਰ ਵੀ ਅਸੀਂ ਜਿਨ੍ਹਾਂ ਨੇ ਪੀਡੀਆ ਤੋਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ, ਉਹਨਾਂ ਨੇ ਵੀ ਇਸ ਦਾ ਆਵਾਜ਼ ਉਠਾ ਕੇ ਸੰਗਤਾਂ ਤੱਕ ਆਪਣੀ ਆਵਾਜ਼ ਪਹੁੰਚਾਈ ਆ। ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਆਵਾਜ਼ ਨੂੰ ਉਠਾਈ ਜਾਵੇ। ਇਹ ਬਹੁਤ ਘਾਤਕ ਖ਼ਬਰ ਆ, ਇਹ ਮੌਕੇ 'ਤੇ ਸੰਭਾਲਣੇ ਵਾਲੀ ਗੱਲ ਹੈ। ਜੋ ਅਸੀਂ ਆਪਣੇ ਵੱਲੋਂ ਪੰਜਾਂ ਸਿੰਘਾਂ ਨੇ ਇੱਕ ਸੰਦੇਸ਼ ਲਿਖਿਆ ਹੈ, ਜੋ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਤਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ, ਉਸ ਨੂੰ ਜ਼ਰੂਰ ਨਾਲ ਸੁਣ ਲੈਣਾ ਅਤੇ ਜ਼ਰੂਰ ਉੱਤੇ ਵਿਚਾਰ ਕਰਨੀ। ਸਤਿਕਾਰਯੋਗ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਦੇ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘਵੀਰ ਸਿੰਘ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਸਰਵੋਤਮ ਪੰਜ ਪਿਆਰੇ, ਜਿਨ੍ਹਾਂ ਵਿੱਚ ਅਸੀਂ ਔਖੀ ਕੜੀ ਵਿੱਚ ਵੀ ਖਾਲਸਾ ਪੰਥ ਦੀ ਅਗਵਾਈ ਕੀਤੀ ਹੈ, ਉਹਨਾਂ ਦੇ ਰੂਪ ਵਿੱਚ ਅਸੀਂ ਪਿਛਲੇ 35 ਸਾਲਾਂ ਤੋਂ ਯੂਰਪ ਅਤੇ UK ਵਿੱਚ ਪੰਜਾਂ ਪਿਆਰਿਆਂ ਦੀ ਸੇਵਾ ਨਿਭਾ ਵਿਚਰ ਕੇ ਸੇਵਾ ਨਿਭਾ ਰਹੇ ਹਾਂ। ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ 'ਤੇ ਲੜ ਲਾਇਆ ਹੈ। ਜੋ ਸਾਰੇ ਯੂਰਪ ਦੀਆਂ ਸੰਗਤਾਂ ਸਾਡੇ ਜਾਂ ਸਿਆਸੀ ਜਥੇਬੰਦੀਆਂ ਹਨ ਜਾਂ ਪ੍ਰਬੰਧਕ ਕਮੇਟੀਆਂ ਹਨ, ਸਾਡੇ ਸੰਪਰਕ ਵਿੱਚ ਹਨ, ਜੋ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਘਾਤਕ ਫੈਸਲਾ ਕੀਤਾ ਗਿਆ ਹੈ, ਉਸ ਦੇ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹੈ। ਖਾਲਸਾ ਪੰਥ ਦੇ ਕੇਸਰੀ ਨਿਸ਼ਾਨ ਨੂੰ ਬਦਲ ਕੇ ਜੋ ਗਲਤ ਬਸੰਤੀ ਰੰਗ ਮੁੜ ਦਿੱਤਾ ਹੈ, ਇਹ ਫੈਸਲੇ ਨਾਲ ਦੁਨੀਆ ਭਰ ਦੇ ਵਸਦੇ ਸਿੱਖਾਂ ਵਿੱਚ ਦਾ ਹਿਰਦਾ ਵੁੰਦਰਿਆ ਗਿਆ ਹੈ। ਹਰ ਸਿੱਖ ਜਾਣਦਾ ਹੈ ਕਿ ਇਹ ਫੈਸਲਾ ਸਿੱਖਾਂ ਨੂੰ ਭੜਕਾਉਣ ਲਈ ਹੈ ਅਤੇ ਬਾਦਲ ਪਰਿਵਾਰ ਨੂੰ ਸਿੱਖਾਂ ਦੇ ਗੁਨਾਹਾਂ ਤੋਂ ਮੁਆਫ਼ੀ ਲਈ ਲਿਆ ਗਿਆ। ਇਹ ਇੱਕ ਬਹੁਤ ਡੂੰਘੀ ਸਾਜ਼ਿਸ਼ ਹੈ, ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ, ਭਰਾ ਮਾਰੂ ਜੰਗ ਅਤੇ ਸਿੱਖੀ ਸਿਧਾਂਤਾਂ ਨੂੰ ਹੁਣ ਤੱਕ ਸਭ ਤੋਂ ਵੱਡਾ ਹਮਲਾ ਹੈ ਜੋ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਿੰਘ ਸਾਹਿਬ ਜੀ ਬਾਦਲ ਪਰਿਵਾਰ ਦੇ ਜੋ ਕਾਫ਼ੀ ਪਿਛਲੇ ਸਮੇਂ ਤੋਂ ਵਾਦ ਵਿਵਾਦਾਂ ਵਿੱਚ ਫਸਿਆ ਹੋਇਆ ਹੈ, ਉਹਨਾਂ ਦਾ ਜੋ ਕਿ ਬਹੁਤ ਜ਼ਿਆਦਾ ਪਾਪਾਂ ਦਾ ਘੜਾ ਭਰ ਚੁੱਕਾ ਹੈ, ਉਹਨਾਂ ਨੂੰ ਬਚਾਉਣ ਵਾਸਤੇ ਆਪ ਜੀ ਨੇ ਇਹ ਆਪਣੇ ਰੁਤਬੇ ਜੋ ਗੁਰੂ ਸਾਹਿਬ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤੇ ਹਨ, ਉਸ ਰੁਤਬੇ ਦਾ ਆਪ ਜੀ ਨੂੰ ਜ਼ਰੂਰ ਖਿਆਲ ਰੱਖਣਾ। ਇਸ ਦਾ ਖਿਆਲ ਰੱਖਦਿਆਂ ਹੋਇਆ ਜੋ ਪਿਛੋਕੜ ਵਿੱਚ ਆਪ ਜੀ ਨੂੰ ਪਤਾ ਜਿਨ੍ਹਾਂ ਨੇ ਸਹੀ ਫੈਸਲੇ ਨਹੀਂ ਲਏ ਉਹਨਾਂ ਦਾ ਜੋ ਹਾਲ ਹੋਇਆ, ਜਿਹੜੇ ਪਿਛਲੇ ਸਿੰਘ ਸਾਹਿਬਾਂ ਨੇ ਇਹਨਾਂ ਮਰਿਆਦਾ ਦਾ ਘਾਣ ਕੀਤਾ ਹੈ, ਉਹਨਾਂ ਦੀ ਜੋ ਦੁਰਦਸ਼ਾ ਹੋਈ ਹੈ ਉਹਨਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ। ਸਿੱਖ ਕੌਮ ਨੂੰ ਪਹਿਲਾਂ ਹੀ ਅਜਿਹੇ ਦਿੱਤੇ ਜ਼ਖਮਾਂ ਕਾਰਨ ਡੂੰਘੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਣਾ ਪਿਆ ਹੈ। ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਸਿੱਖ ਜਾਣ ਚੁੱਕੇ ਹੈ ਕਿ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਥੋਪਿਆ ਸਿਆਸੀ ਵਿੰਗ
ਜੋ ਐਸੇ ਇਹੋ ਜਿਹੇ ਫੈਸਲੇ ਲੈਣ ਲਈ ਆਪ ਜੀ ਨੂੰ ਆਪ ਜੀ ਦੇ ਭਾਰੂ ਹੈ। ਇਸ ਵਿੰਗ ਨੇ ਪਹਿਲਾਂ ਸਿੰਘ ਸਾਹਿਬਾਂ ਦੇ ਰੁਤਬਿਆਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ 'ਤੇ ਡੂੰਘੀ ਸੱਟ ਮਾਰੀ ਹੈ। ਇਸ ਵਿੰਗ ਨੇ ਪਹਿਲਾਂ ਵੀ ਸਿੰਘ ਸਾਹਿਬਾਂ, ਸਿੱਖ ਫੈਡਰੇਸ਼ਨਾਂ, ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਇੱਥੋਂ ਤੱਕ ਕਿ ਕੁਰਬਾਨੀ ਵਾਲੇ ਪਰਿਵਾਰਾਂ ਅਤੇ ਸ਼ਹੀਦ ਪਰਿਵਾਰਾਂ ਨੂੰ ਵੀ ਨਕਾਰਿਆ ਹੈ। ਹੁਣ ਸਿੱਧੇ ਅਕਾਲ ਤਖ਼ਤ ਦੇ ਸਿਧਾਂਤ ਨੂੰ ਸੱਟ ਮਾਰੀ ਹੈ। ਆਪ ਜੀ ਇਸ ਸਾਰੇ ਸਿਸਟਮ ਤੋਂ ਭਲੀ ਭਾਂਤ ਜਾਣੂ ਹੋ, ਜੋ ਆਪ ਜੀ ਨਾਲ ਵੀ ਆਉਣ ਵਾਲੇ ਸਮੇਂ ਵਿੱਚ ਜੋ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਹੋਇਆ ਸੀ, ਕਿਸ ਤਰ੍ਹਾਂ ਉਸ ਨੂੰ ਜਲੀਲ ਕਰਕੇ ਇਸ ਤੋਂ ਉਤਾਰਿਆ ਗਿਆ ਹੈ। ਇਹ ਆਉਣ ਵਾਲੇ ਸਮੇਂ 'ਚ ਆਪ ਜੀ ਨਾਲ ਵੀ ਹਾਲ ਹੋ ਸਕਦਾ ਹੈ, ਪਰ ਅਸੀਂ ਸਿੱਖਾਂ ਦੀਆਂ ਭਾਵਨਾ, ਦੇਸ਼ਾਂ ਵਿਦੇਸ਼ਾਂ ਦੀਆਂ ਵਸਦੀਆਂ ਸਮੂਹ, ਸਿੱਖਾਂ ਦੀਆਂ ਭਾਵਨਾ ਨੂੰ ਆਪ ਜੀ ਤੱਕ ਉਜਾਗਰ ਕੀਤਾ ਹੈ। ਆਪ ਜੀ ਬੜੀ ਦਲੇਰੀ ਦੇ ਨਾਲ, ਯੁਰਤ ਦੇ ਨਾਲ ਇਹ ਫੈਸਲਾ ਕਰਕੇ ਇਸ ਕੇਸਰੀ ਨਿਸ਼ਾਨ, ਇਹ ਜੋ ਨਿਸ਼ਾਨ ਹੈ, ਰੰਗ ਨੂੰ ਬਦਲ ਕੇ ਮੁੜ ਕੇਸਰੀ ਨਿਸ਼ਾਨ ਝੁਲਾਇਆ ਜਾਵੇ। ਇਸ ਦਾ ਇਕੱਠ ਕਰਕੇ ਵਿਦਵਾਨਾਂ, ਸੰਪਰਦਾਵਾਂ, ਸਮੂਹ ਜਥੇਬੰਦੀਆਂ ਨੂੰ ਸੱਦ ਕੇ ਦੁਬਾਰਾ ਫਿਰ ਫੈਸਲਾ ਲਿਆ ਜਾਵੇ। ਇਸ ਕਰਕੇ ਤੁਸੀਂ ਜੋ ਇਹ ਘਾਤਕ ਫੈਸਲਾ ਲਿਆ ਹੈ, ਇਹਨਾਂ ਇਸ ਪਰਿਵਾਰ ਨੂੰ ਬਚਾਉਣ ਵਾਸਤੇ ਇਸ ਨਾਲ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਬਿਲਕੁਲ ਸਹਿਮਤ ਨਹੀਂ ਹੈ। ਇਸ ਕਰਕੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਇਸਦਾ ਦੁਬਾਰਾ ਮੁੜ ਵਿਚਾਰ ਕਰਕੇ ਕਿ ਜੋ ਗੁਰੂ ਸਾਹਿਬ ਤੋਂ ਚੱਲੀ ਆਉਂਦੀ ਮਰਿਆਦਾ ਹੈ ਉਸ ਨੂੰ ਪ੍ਰਪੱਕ ਕੀਤਾ ਜਾਵੇ, ਕਿਉਂਕਿ ਇੱਕ ਮੈਂ ਤੁਹਾਨੂੰ ਬੇਨਤੀ ਦੱਸ ਦਵਾਂ, ਇਹੋ ਜਿਹਾ ਸਮਾਂ ਆਇਆ ਪਿੰਡਾਂ ਦੇ ਵਿੱਚ ਸਿੱਖੀ ਦੇ ਕਿਤੇ ਦੇਖਣ ਨੂੰ ਨਾਂ ਨਿਸ਼ਾਨ ਨਹੀਂ ਲੱਭਦਾ ਸੀ। ਇੱਕ ਮੈਂ ਆਪਣੇ ਪਿੰਡ ਦੀ ਘਟਨਾ ਵਸਾਉਂਦਾ, ਬਹੁਤੇ ਬੰਦਿਆਂ ਨੂੰ ਅੱਜ ਸੰਤ ਜਰਨੈਲ ਸਿੰਘ ਜੀ ਤੋਂ ਤਾਂ ਟਕਸਾਲ ਤੋਂ ਬਹੁਤ ਜ਼ਿਆਦਾ ਨਫ਼ਰਤ ਹੁੰਦੀ ਹੈ। ਗੁਰੂ ਪਿਆਰੀ ਸਾਹਿਬ ਜੀ, ਕੋਈ ਮੈਂ ਦਿਸ਼ਟਾਂ ਦੇਣਾ, 1975 ਦੀ ਗੱਲ ਆ, ਸਾਡੇ ਪਿੰਡ ਦੇ ਵਿੱਚ, ਪਿੰਡ ਬਡਾਲਾ ਮਾਹੀ, ਜ਼ਿਲ੍ਹਾ ਹੁਸ਼ਿਆਰਪੁਰ, ਗੁਰਦੁਆਰੇ ਦੇ ਮੂਹਰੇ ਗੰਦੇ ਗਾਣੇ ਗਾਏ ਜਾ ਰਹੇ ਸੀ ਅਤੇ ਅੰਦਰ ਸ਼ਰਾਬ ਪੀਤੀ ਜਾ ਰਹੀ ਸੀ। ਇਸ ਨਿਘਾਰ ਤੱਕ ਅਸੀਂ ਆ ਚੁੱਕੇ ਸੀ। ਗੁਰੂ ਪਿਆਰੀ ਸਾਹਿਬ ਸਿੰਘ ਜੀਓ, ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇੱਕ ਵਾਰੀ ਸਾਡੇ ਪਿੰਡ ਸਾਈਕਲ 'ਤੇ ਆਏ ਅਤੇ ਦੂਜੀ ਵਾਰੀ ਸਿਰਫ ਆਪਣਾ ਜੋ ਨਗਰ ਕੀਰਤਨ ਜਲੂਸ ਸੀ ਲੈ ਕੇ ਲੰਘੇ, ਉੱਥੇ ਨਹੀਂ ਨਾਰਾ ਲਾਇਆ ਸੀ ਸਿਰਫ ਰਾਤ ਨੂੰ 9 ਵਜੇ, ਇੱਕ ਜਾਂ 1.5 ਮਿੰਟ ਦਾ, ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ। ਉਹਨਾਂ ਮਹਾਂਪੁਰਸ਼ਾਂ ਦੀ ਇੰਨੇ ਨਾਅਰੇ ਦੇ ਕਾਰਨ ਉਹ ਅੱਜ ਬਡਾਲਾ ਮਾਹੀ ਪਿੰਡ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮੌਜੂਦਾ ਸੰਘਰਸ਼ ਦੇ ਵਿੱਚ ਪਹਿਲੇ ਨੰਬਰ 'ਚ ਰਿਹਾ। ਬੜੇ ਬੜੇ ਖਾੜਕੂ ਔਰ ਬੜਾ ਬੜਾ ਉਸ ਸਿੰਘ ਪਿੰਡ ਤੋਂ ਸੰਘਰਸ਼ ਲੜਿਆ ਗਿਆ। ਅਸੀਂ ਦੱਸੋ, ਜਿਨ੍ਹਾਂ ਦੇ ਇੱਕ ਗੇੜਾ ਮਾਰਨ ਦੇ ਨਾਲ ਇੰਨੀ ਜਾਗਰਤੀ ਪੂਰੀ ਦੁਨੀਆਂ 'ਚ ਆਈ, ਉਹਦਾ ਕਹਿਣਾ ਮੰਨੀਏ? ਆਹ ਜੋ ਸ਼੍ਰੋਮਣੀ ਕਮੇਟੀ ਦੇ ਬਲਟੋਹੇ ਜਾਂ ਨਾਲ ਇੱਕ ਹੋਰ ਜਿਹੜਾ ਤੁਰੇ ਫਿਰਦੇ ਆ, ਇਹਨਾਂ ਦਾ ਕਹਿਣਾ ਮੰਨੀਏ? ਇਸ ਕਰਕੇ ਗੁਰੂ ਪਿਆਰੀ ਸਾਧ ਸਿੰਘ ਜੀਓ, ਬੇਨਤੀ ਪ੍ਰਵਾਨ ਕਰੋ, ਤਿੰਨਾਂ ਮਹਾਂਪੁਰਸ਼ਾਂ ਦੀ ਉੱਥੇ ਦੀਆਂ ਫੋਟੋਆਂ ਲੱਗੀਆਂ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਪੰਥ ਰਤਨ ਦਿੱਤਾ ਗਿਆ, ਉਹ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਆ। ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਸਪੈਸ਼ਲ ਫੋਟੋ ਲਾਈ ਆ, ਬੜੇ ਹੀ ਘਣ, ਬੜੇ ਹੀ ਮਹਾਨ, ਉਹਨਾਂ ਨੂੰ ਸਿੱਖ ਦਾ ਖਿਤਾਬ ਦਿੱਤਾ ਗਿਆ। ਇਸ ਤੋਂ ਸਭ ਤੋਂ ਵੱਧ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੌਜੂਦਾ ਸੰਘਰਸ਼ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ। ਸਿੱਖੋ, ਗੱਲ ਸੁਣ ਲਿਓ, 2 ਵਾਰੀ ਖਾਲਸੇ ਦਾ ਰਾਜ ਆਇਆ, 40 ਸਾਲ ਤੋਂ ਤੁਸੀਂ ਸੰਘਰਸ਼ ਲੜਿਆ, ਉਹ ਤੁਹਾਨੂੰ ਹਜੇ ਨਹੀਂ ਪਤਾ ਲੱਗਾ ਸਾਡਾ ਰੰਗ ਕਿਹੜਾ? ਕਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ? ਵਿਸ਼ੇਸ਼ ਤੌਰ 'ਤੇ ਮੈਂ ਦਲਜੀਤ ਸਿੰਘ ਖਾਲਸਾ, ਜੋ ਪੰਥਕ ਆਗੂ ਆ ਸਿੱਖ ਸਿਆਸਤ ਵਾਲੇ, ਉਹ ਤੁਸੀਂ ਚੁੱਪ ਕਰਕੇ ਬੈਠੇ ਆ, ਇੰਨਾ ਤੁਹਾਡੇ 'ਤੇ ਦਲ ਖਾਲਸਾ 'ਤੇ ਪ੍ਰਭਾਵ ਪੈ ਗਿਆ, ਉਹ ਤੁਹਾਨੂੰ ਸੰਤ ਜਰਨੈਲ ਸਿੰਘ ਜੀ ਭੁੱਲ ਗਏ? ਕਿਹੜੀ ਖੁਸ਼ ਕਰਕੇ ਚੁੱਪ ਕਰਦੇ ਆ? ਚੇਤੇ ਰੱਖਿਓ, UK ਦੀਆਂ, ਯੂਰਪ ਦੀਆਂ ਸੰਗਤਾਂ ਵੱਲੋਂ ਅਸੀਂ ਬੇਨਤੀ ਕਰਦੇ ਹਾਂ, ਨਿਸ਼ਾਨ ਸਾਹਿਬ ਉੱਥੇ ਕੇਸਰੀ ਝੁੱਲਣੇ ਆ। ਦੇਖੋ, ਸਰਕਾਰ ਨੇ ਜਿਹੜਾ ਅਕਾਲ ਤਖ਼ਤ ਬਣਾਇਆ ਸੀ ਨਾ, ਸਿੱਖਾਂ ਨੇ ਢਾਹ ਕੇ ਬਣਾਇਆ,
ਇਹਨਾਂ ਨੇ ਢਾਇਆ ਸੀ ਆਪਣੇ ਉਹਨਾਂ ਨੂੰ ਜਿਹੜਾ ਕੋਈ ਬੂਟਾ ਸਿੰਘ ਸੀ ਗ੍ਰਹਿ ਮੰਤਰੀ ਸੀ ਗਲ ਚ ਫੱਟੀ ਪਾ ਕੇ ਮਾਫ਼ੀ ਮੰਗਣੀ ਪਈ। ਜਿਹੜੇ ਬਰਨਾਲੇ ਨੇ ਬਲੈਕ ਥੰਡਰ ਕਰਾਇਆ ਸੀ ਉਹਨੂੰ ਗਲ ਵਿੱਚ ਫੱਟੀ ਪਾ ਕੇ ਮਾਫ਼ੀ ਮੰਗੀ ਸੀ। ਦੱਸੋ ਇਹ ਕਿਹੜੇ ਨਵੇਂ ਆ ਗਏ ਸਿੰਘ ਸਾਹਿਬੋ, ਤੁਹਾਨੂੰ ਦਿੱਤੀਆਂ ਹੋਈਆਂ ਜਥੇਦਾਰੀਆਂ ਸੰਗਤਾਂ ਵੱਲੋਂ ਦਿੱਤਾ ਸਤਿਕਾਰ ਬਰਕਰਾਰ ਰੱਖੋ, ਬੜੀ ਦਲੇਰੀ ਦੇ ਨਾਲ ਫੈਸਲਾ ਲਵੋ, ਏਦਾਂ ਦਾ ਗਲਤ ਕੰਮ ਨਾ ਕਰੋ। ਦੇਖੋ ਬਿਨੈ ਦੱਸੇ ਪੁੱਛੇ 605-600 ਸਾਲ ਤੋਂ ਝੁਲਦਾ ਨਿਸ਼ਾਨ ਸਾਹਿਬ ਤੁਸੀਂ ਬਦਲ ਕੇ ਰੱਖ ਦਿੱਤਾ। ਸਾਡੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨਾਲ ਪਿਛਲੇ ਹਫ਼ਤੇ ਮੀਟਿੰਗ ਵੀ ਹੋਈ ਸੀ, ਉਹਦੇ ਵਿੱਚ ਕਾਫ਼ੀ ਬਾਤ ਪੁੱਛਿਆ, ਜੋ ਅਸੀਂ ਕਿਹਾ ਸੀ ਅਸੀਂ ਫਿਰ ਤੋਂ ਦ੍ਰਿੜਤਾ ਉੱਤੇ ਖੜ੍ਹੇ ਹਾਂ। ਯੂਰਪ ਦੀਆਂ ਸੰਗਤਾਂ ਤਾਂ ਇੱਥੇ ਇੰਗਲੈਂਡ ਦੀਆਂ ਸੰਗਤਾਂ ਹੋਰ ਵੀ ਵੱਖ ਵੱਖ ਦੁਨੀਆ ਭਰ ਦੇ ਜੋ ਸੰਗਤਾਂ ਹਨ ਸਾਡੇ ਨਾਲ ਜੁੜੀਆਂ ਹੋਈਆਂ, ਖੁੱਲ੍ਹੇ ਤੌਰ 'ਤੇ ਅਸੀਂ ਆਪਣਾ ਟੈਲੀਫੋਨ ਦਿੱਤਾ ਹੈ। ਬਿਲਕੁਲ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਹੈ ਡਟ ਕੇ ਅਤੇ ਪਹਿਰਾ ਦੇਵੋ। ਅੱਜ ਤੁਹਾਡਾ ਰੰਗ ਬਦਲ ਦਿੱਤਾ, ਬਸੰਤੀ ਰੰਗ ਕਿਹਨਾਂ ਦਾ, ਰਾਮਲੀਲਾ ਕਰਨੇ ਵਾਲਾ, ਕੱਲ੍ਹ ਨੂੰ ਤੁਹਾਡਾ ਗ੍ਰੰਥ ਬਦਲਣਗੇ। ਕਿੰਨੀਆਂ ਨਾ ਤੁਹਾਡੇ 'ਚ ਤਬਦੀਲੀਆਂ ਦਿੱਤੀਆਂ, 100 ਸਾਲ ਪੁਰਾਣੀ ਮਰਿਆਦਾ ਜਿਹੜੀ ਲਾਗੂ ਨਹੀਂ ਹੋ ਸਕੀ, ਤੁਸੀਂ ਉਹ ਤਾਂ ਉਦੋਂ ਐਕਸਪੇਅਰ ਹੋ ਜਾਂਦੀ ਹੈ, ਕਿੱਦਾਂ ਉਦੋਂ ਤੋਂ ਤੁਸੀਂ ਕੱਢ ਕੱਢ ਕੇ ਲਈ ਆਉਂਦੇ ਆ। ਇਸ ਕਰਕੇ ਸਾਡੀ ਸਮੁੱਚੀ ਸੰਗਤ ਨੂੰ ਬੇਨਤੀ ਆ ਕਿ ਇਹ ਜੋ ਖਰੜਾ ਬਿਲਕੁਲ ਪਾਸ ਨਹੀਂ ਹੋਇਆ ਇਹ ਸਿਰਫ ਸਾਨੂੰ ਭੜਕਾਉਣ ਵਾਸਤੇ ਆ, ਇਕੱਤਰ ਹੋ ਕੇ ਆਪਣੇ ਫੈਸਲੇ ਆਪ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।